ਦੇਖੋ ਜਦੋਂ ਭਾਰੀ ਪੁਲਿਸ ਬਲ ਦੀ ਮੌਜੂਦਗੀ ਦੇ ਵਿੱਚ ਬਠਿੰਡਾ ਪਾਵਰ ਰੋਡ ਸਥਿਤ ਮੱਛੀ ਚੌਕ ਵਿਖੇ ਨਾਜਾਇਜ਼ ਕਬਜ਼ੇ ਹਟਾਏ ਗਏ। नहीं दिया था घर तो बेचारा बेघर हो गया। हम लोग कहीं दिया है ना सामान, वो देखे पूरा चारों तरफ सामान भी न वो कर दिए हैं बिखर। अभी 5-10-20 मिनट पहले पता लगे हैं। नुकसान वगैरह भी हुआ नहीं सर? देखिए ना, नुकसान हुआ नहीं है। सामान सारे था, खाना पीना सारे मिट्टी में मिला दिए। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰੂ ਪਿਆਰਿਓ, ਅੱਜ ਪਾਵਰ ਰੋਡ ਤੇ ਸਥਿਤ ਮੱਛੀ ਚੌਂਕ ਵਿਖੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਇਸ ਮੌਕੇ ਤਹਿਸੀਲਦਾਰ ਬਠਿੰਡਾ ਅਤੇ ਵੱਡੀ ਗਿਣਤੀ ਵਿੱਚ ਉਹਨਾਂ ਦੇ ਨਾਲ ਪੁਲਿਸ ਪਾਰਟੀ ਤੈਨਾਤ ਕੀਤੀ ਗਈ ਸੀ। ਇਸ ਸੰਬੰਧ ਵਿੱਚ ਬੋਲਦਿਆਂ ਤਹਿਸੀਲਦਾਰ ਨੇ ਕਿਹਾ ਕਿ ਮੈਨੂੰ ਸਿਰਫ ਇੱਕ ਡਿਊਟੀ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਅਤੇ ਅਸੀਂ ਇੱਥੇ ਕੀਤੇ ਗਏ ਸਾਰੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਆਏ ਹਾਂ। ਬਾਕੀ ਸਵਾਲ ਪੁੱਡਾ ਅਧਿਕਾਰੀਆਂ ਨਾਲ ਕਰੋ। ਇਹ ਦੇਖੋ ਜੀ, ਜਿਹੜਾ ਮੈਂ ਇੱਥੇ ਬਤੌਰ ਡਿਊਟੀ ਮੈਜਿਸਟਰੇਟ ਹਾਜ਼ਰ ਹਾਂ, ਇੱਥੇ ਜਿਹੜਾ ਅਨਔਥੋਰਾਈਜ਼ਡ ਆਕੂਪੇਸ਼ਨ ਸੀਗੀ ਉਹਦੇ ਬਰਖਿਲਾਫ ਬੀ ਡੀ ਏ ਦੀ ਰਿਕੁਐਸਟ ਡੀ ਸੀ ਸਰ ਨੂੰ ਸੀ। ਡੀ ਸੀ ਸਰ ਨੇ ਮੈਨੂੰ ਬਤੌਰ ਇੱਥੇ ਡਿਊਟੀ ਮੈਜਿਸਟਰੇਟ ਭੇਜਿਆ। ਜਿਹੜੇ ਪੁਲਿਸ ਕਰਮਚਾਰੀ ਮੇਰੇ ਨਾਲ ਨੇ, ਅਸੀਂ ਜਿਹੜੀ ਅਨਔਥੋਰਾਈਜ਼ਡ ਆਕੂਪੇਸ਼ਨ ਹੈ ਉਹ ਦੂਰ ਕਰਨ ਦੀ ਹਦਾਇਤ ਹੋਈ ਹੈ, ਵਿਚ ਇਜ਼ ਬੀਂਗ ਕੈਰਿਡ ਆਊਟ ਪੋਲਾਈਟਲੀ, ਬਗੈਰ ਕਿਸੇ ਦੇ ਨੁਕਸਾਨ ਕੀਤੇ, ਕਿਸੇ ਦੇ ਚੋਟ ਨਾ ਆਵੇ। ਵੀ ਆ ਗੋਟ ਦਾ ਐਂਬੂਲੈਂਸ, ਫਾਇਰ ਬ੍ਰਿਗੇਡ ਸਾਡੇ ਕੋਲ ਹੈ। ਵੀ ਆਰ ਟੇਕਿੰਗ ਕੇਅਰ ਵੀ ਜਿਹੜੇ ਲੋਕ ਡਿਸਪਲੇਸ ਹੋ ਰਹੇ ਹੈ ਉਹਨਾਂ ਦਾ ਟਿਕਾਣੇ ਸਿਰ, ਉਹਨਾਂ ਦਾ ਸਮਾਨ ਵਗੈਰਾ ਤੁਸੀਂ ਦੇਖ ਰਹੇ ਹੋ ਉੱਧਰ ਟਰਾਲੀਆਂ 'ਚ ਲੈ ਕੇ ਉਹਨਾਂ ਨੂੰ ਕਿਤੇ ਹੋਰ ਸੁਰੱਖਿਅਤ ਥਾਂ 'ਤੇ, ਉਹਨਾਂ ਨੂੰ ਪੋਲਾਈਟਲੀ ਅਸੀਂ ਰਿਕੁਐਸਟ ਕਰਕੇ ਅਨਔਥੋਰਾਈਜ਼ਡ ਆਕੂਪੇਸ਼ਨ ਹੈ ਜਿਹੜੀ ਦੂਰ ਕਰਾ ਦੇ। ਹਾਂਜੀ, ਐਡਵਾਂਸ ਨੋਟਿਸ ਦੇਖੋ ਜੀ, ਦੈਟ ਇਜ਼ ਅਪ ਟੂ ਬੀ ਡੀ ਏ। ਆਈ ਐਮ ਹੇਅਰ ਜਸਟ ਐਜ਼ ਏ ਡਿਊਟੀ ਮੈਜਿਸਟਰੇਟ, ਠੀਕ ਹੈ ਨਾ ਜੀ? ਉਹ ਤੁਸੀਂ ਬੀ ਡੀ ਏ ਦੇ ਜਿਹੜੇ ਅਥਾਰਟੀਜ਼ ਉਹਨਾਂ ਨਾਲ ਗੱਲ ਕਰਨੀ ਪੈਣੀ ਹੈ। ਪਰ ਜਦੋਂ ਦੂਸਰੇ ਪਾਸੇ ਪੁੱਡਾ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਪੁੱਡਾ ਦਾ ਐਸਡੀਓ ਮੀਡੀਆ ਦੇ ਪ੍ਰਸ਼ਨਾਂ ਤੋਂ ਭੱਜਦਾ ਹੋਇਆ ਨਜ਼ਰ ਆਇਆ। ਜਦੋਂ ਉਸ ਨੂੰ ਇਹਨਾਂ ਕਬਜ਼ਿਆਂ ਨੂੰ ਹਟਾਉਣ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਮੀਡੀਆ ਤੋਂ ਆਪਣਾ ਪਿੱਛਾ ਛੁਡਾਉਣ ਲਈ ਦਫ਼ਤਰ ਆਉਣ ਲਈ ਕਿਹਾ ਅਤੇ ਉੱਥੋਂ ਫਰਾਰ ਹੋ ਗਿਆ। ਦੂਸਰੇ ਪਾਸੇ ਅਗਰ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਪੀੜਿਤ ਲੋਕਾਂ ਦਾ ਕਹਿਣਾ ਹੈ ਕਿ ਪੁੱਡਾ ਵੱਲੋਂ ਉਹਨਾਂ ਨੂੰ ਕੋਈ ਨੋਟਿਸ ਨਹੀਂ ਭੇਜਿਆ ਗਿਆ ਅਤੇ ਅੱਜ ਅਚਾਨਕ ਉਹਨਾਂ ਵੱਲੋਂ ਸਾਡੇ ਮਕਾਨ ਹਟਾ ਦਿੱਤੇ ਗਏ ਹਨ। ਉਹ ਕਹਿੰਦੇ ਹਨ ਕਿ ਸਰਕਾਰ ਨੇ ਸਾਨੂੰ ਵੀ ਬੇਘਰ ਬਣਾ ਦਿੱਤਾ ਹੈ, ਹੁਣ ਅਸੀਂ ਆਪਣੇ ਬੱਚਿਆਂ ਨੂੰ ਕਿੱਥੇ ਲੈ ਕੇ ਜਾਈਏ? 3 ਮਹੀਨੇ ਦਾ ਬੱਚਾ ਲੈ ਕੇ ਬੈਠੀ ਮਹਿਲਾ ਕੰਚਨ ਨੇ ਕਿਹਾ ਕਿ ਆਧਾਰ ਕਾਰਡ, ਵੋਟਰ ਕਾਰਡ ਆਦਿ ਸਭ ਕੁਝ ਬਣਿਆ ਹੋਇਆ ਹੈ ਤੇ 1986 ਤੋਂ ਉਹ ਇਸ ਸਥਾਨ ਤੇ ਰਹਿ ਰਹੇ ਨੇ, ਤੇ ਫਿਰ ਅੱਜ ਇਹ ਤਸ਼ੱਦਦ ਕਿਉਂ? ਮੇਰਾ ਨਾਮ ਤਰਚਨਾ ਹੈ। ਆਪਕਾ ਕਾਰਡ ਦਿਆ ਗਿਆ, ਕੋਈ ਨੋਟਿਸ ਦਿਆ ਥਾ ਇਹਨਾਂ ਨੇ? ਨਹੀਂ ਦਿਆ ਥਾ, ਘਰ ਤੋਂ ਬੇਚਾਰਾ ਬੇਘਰ ਹੋ ਗਿਆ। ਹਮ ਲੋਗ ਕਹੀਂ ਦਿਆ ਹੈ ਨਾ ਸਮਾਨ, ਉਹ ਦੇਖੇ ਪੂਰਾ ਚਾਰੋਂ ਤਰਫ ਸਮਾਨ ਵੀ ਉਹ ਕਰ ਦਿਏ ਹੈ ਬਿਖਰ। ਅਭੀ 5-10-20 ਮਿਨਟ ਪਹਿਲੇ ਪਤਾ ਲਗੇ ਹੈ। ਹੁਆ ਨਹੀਂ ਸਰ? ਦੇਖੀਏ ਨਾ, ਨੁਕਸਾਨ ਹੁਆ ਨਹੀਂ ਹੈ। ਸਮਾਨ ਸਾਰੇ ਤਾਂ, ਖਾਣਾ ਪੀਣਾ ਸਾਰੇ ਮਿੱਟੀ ਮੇ ਮਿਲਾ ਦਿਏ। ਸਮਾਨ ਖਾਣੇ ਪੀਣੇ ਵਾਲੇ ਵੀ ਬੱਚੇ ਸਭ ਵੀ ਸਾਰੇ ਅੰਦਰ ਥਾ ਸਾਰੇ। ਸੰਘਰਸ਼ ਕਰੀ ਜਾਂਦੇ, ਸਭ ਤੋਂ ਲੜੀ ਜਾਂਦੇ, ਪੀੜੀ ਜਾਂਦੇ, ਕੁਛ ਨੀ, ਨੋਟਿਸ ਦਿੱਤਾ ਹੀ।
ਸਭ ਕੁਛ, ਮੈਂ ਤਾਂ ਮਹੀਨਾ ਹੋ ਗਿਆ ਹਸਪਤਾਲ 'ਚ ਪਈਆਂ, ਹੈ ਹੁਣ ਪਤਾ ਲੱਗਿਆ ਢਾਈ ਜਾਂਦੇ ਆ ਵੀ ਕੁਛ ਤਾਂ ਦੇਣ ਜਾਂ ਸਾਨੂੰ ਕੰਮ ਦੇਣ ਜਾਂ ਜਨਾਨੀਆਂ ਨੂੰ ਕੰਮ ਦੇਣ, ਸਾਨੂੰ ਬੱਚਿਆਂ ਨੂੰ ਕੰਮ ਦੇਣ, ਕਿਉਂ ਅਸੀਂ ਰੋਡਾਂ 'ਤੇ ਫਿਰੀਏ, ਕਿਉਂ ਰੋਡਾਂ 'ਤੇ ਧੱਕੇ ਖਾਈਏ, ਹੈ ਵੀ ਚਾਲੀ ਸਾਲ ਮੈਨੂੰ 35 ਸਾਲ ਹੋ ਗਿਆ ਇਸ ਏਰੀਏ 'ਚ ਰਹਿੰਦੀ ਨੂੰ, ਇੱਥੇ ਕੁਛ ਨਹੀਂ ਜੀ, ਜਦੋਂ ਮੈਂ ਰਹਿ ਗਿਆ 86 ਦੀ ਰਹਿ ਰਹੀ ਹਾਂ ਮੈਂ ਇਸ ਏਰੀਏ 'ਚ। ਦੇਖੋ ਜੀ ਕੰਮ ਕਰਦੀ ਸੀ, ਮਹੀਨਾ ਹੋ ਗਿਆ ਮੈਂ ਬਿਮਾਰ ਪਈ ਆ, ਨਹੀਂ ਸਾਰੇ ਬਿੱਲ ਦਿਖਾਨੀਆਂ ਲਿਆ ਕੇ ਤਾਂ ਢਾਤਾ ਸਾਰਾ, ਕੀ ਕਰੀਏ ਕਿੱਥੋਂ ਖਾਈਏ ਰੋਟੀਆਂ, ਦੱਸੋ ਜੇ ਸਾਡੇ ਜਵਾਕ ਕੰਮ ਕਰਦੇ ਕੰਮ ਨਹੀਂ ਕਰਨ ਦਿੰਦੇ, ਫਿਰ ਇੱਕ ਦੇ ਚਾਰ ਚਾਰ ਕੇਸ ਬਣਾ ਕੇ ਜੇਲ੍ਹਾਂ 'ਚ ਪਾ ਦਿੰਦੇ ਆ, ਦੱਸੋ ਕਿੱਥੋਂ ਜਾਈਏ, ਕਿੱਥੋਂ ਮਰੀਏ, ਕਿੱਥੋਂ ਮਰੀਏ ਦੱਸੋ, ਸਾਡੇ ਜਵਾਕਾਂ ਨੂੰ ਕਤਲਾਂ 'ਚ ਪਾ ਦਿੰਦੇ ਆ, ਫੀਮਾ ਚਰਸਾ 'ਚ ਪਾ ਦਿੰਦੇ ਆ, ਇੱਕ ਇੱਕ ਦੇ ਚਾਰ ਚਾਰ ਕੇਸ ਬਣਾ ਕੇ ਰੱਖ ਦਿੰਦੇ ਆ ਹਰਾਮਜ਼ਾਦੇ। ਜੇ ਉਹ ਵੀ ਤੁਸੀਂ ਕਰਨਾ ਸੀ ਸਾਨੂੰ 5-4 ਦਿਨ ਪਹਿਲਾਂ ਦੱਸ ਦਿੰਦੇ, ਅਸੀਂ ਹੁਣ ਗਰੀਬ ਬੰਦੇ ਕਿੱਥੇ ਜਾ ਕੇ ਇਸ ਮੌਕੇ 'ਤੇ ਕਿੱਥੇ ਇੰਨਾ ਗੁਜ਼ਾਰਾ ਕਰਕੇ, ਹੁਣ ਅਸੀਂ ਤਾਂ ਰੋਟੀ ਦਾ ਬਾਝੇ ਹਾਂ, 24 ਘੰਟੇ ਅਸੀਂ ਹੱਥਾਂ ਦੀ ਮਿਹਨਤ ਕਰਨ ਵਾਲੇ ਬੰਦੇ ਹਾਂ, ਸਾਡਾ ਕੋਈ ਕਿਸੇ ਨੇ ਕੋਈ ਨਹੀਂ ਸੁਣਦਾ, ਵੋਟਾਂ ਵਟੋਰਨ ਵੇਲੇ ਤਾਂ ਸਾਡੇ ਸਾਰੇ ਆ ਜਾਂਦੇ ਆ, ਸਾਰਾ ਕੁਛ ਬਣਿਆ ਜੀ, ਸਾਡੇ ਕੋਲ ਕਮੇਟੀ ਦਾ ਨੰਬਰ ਵੀ ਲੱਗਿਆ, ਸਭ ਕੁਛ ਆ ਜੀ, ਸਾਡੇ ਕੋਲ 22 ਸਾਲ ਹੋ ਗਏ ਜੀ, ਸਾਨੂੰ ਕੋਈ ਨੋਟ ਨਹੀਂ ਆਇਆ, ਕਿਸੇ ਨੇ ਸਾਨੂੰ ਕੋਈ ਨੋਟ ਨਹੀਂ ਦਿੱਤਾ, ਕਿਸੇ ਨੇ ਕੋਈ ਆ ਕੇ ਸਾਨੂੰ ਕਿਹਾ ਨਹੀਂ ਵੀ ਇਹ ਤੁਹਾਡੇ ਨਾਲ ਧੱਕਾ ਆਇਆ ਹੋਊਗਾ ਜਾਂ ਕਿਉਂ ਹੋਊਗਾ, ਹੁਣ ਮੌਕੇ 'ਤੇ ਆ ਕੇ ਸਾਨੂੰ ਕਹਿੰਦੇ ਮਕਾਨ ਖਾਲੀ ਕਰੋ ਜੀ, ਕਿੱਥੇ ਲੈ ਕੇ ਜਾ ਕੇ ਇੰਨਾ ਸਾਡੇ ਵੱਜ ਜਗ੍ਹਾ, ਹੁਣ ਸਾਡੇ ਕੋਲ ਕੋਈ ਕਿਤੇ ਨਹੀਂ ਜੀ, ਤੁਸੀਂ ਨਹੀਂ ਮਾਰਦਾ ਨਾ ਕੋਈ ਸਾਡਾ ਹਮੇਸ਼ਾ ਹੀ ਹੈ। ਗੁਰਪ੍ਰੀਤ, ਇਹ ਜਾਂਚ ਦਾ ਵਿਸ਼ਾ ਹੈ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਵੀ ਫਰਜ਼ ਬਣਦਾ ਹੈ ਕਿ ਇਸ ਦੀ ਸਖਤੀ ਦੇ ਨਾਲ ਜਾਂਚ ਕੀਤੀ ਜਾਵੇ, ਕਿਉਂਕਿ ਜਿਸ ਸਥਾਨ ਉੱਤੇ ਬੈਠ ਕੇ ਆਧਾਰ ਕਾਰਡ, ਸ਼ਨਾਖਤੀ ਕਾਰਡ ਇਹਨਾਂ ਲੋਕਾਂ ਨੂੰ ਬਣਾ ਕੇ ਦਿੱਤੇ ਗਏ ਨੇ, ਉਹ ਕਿਸ ਬਿਨਾਹ ਤੇ ਦਿੱਤੇ ਗਏ ਨੇ, ਤੇ ਅੱਜ ਅਗਰ ਇਹਨਾਂ ਨੂੰ ਇਸ ਸਥਾਨ ਤੋਂ ਹਟਾਇਆ ਜਾ ਰਿਹਾ ਹੈ ਤੇ ਕਿਉਂ ਹਟਾਇਆ ਜਾ ਰਿਹਾ ਹੈ, ਕਿਉਂਕਿ ਸਿਆਸਤਦਾਨ ਆਪਣੀਆਂ ਸਿਆਸੀ ਚਾਲਾਂ ਚੱਲਦਿਆਂ ਪਹਿਲਾਂ ਗਰੀਬਾਂ ਨੂੰ ਜ਼ਮੀਨਾਂ ਮੁਹੱਈਆ ਕਰਵਾ ਦਿੰਦੇ ਨੇ, ਫਿਰ ਗਰੀਬ ਪੈਸਾ ਜੋੜ ਕੇ ਆਪਣੇ ਘਰ ਬਣਾਉਂਦੇ ਨੇ, ਆਪਣਾ ਆਸ਼ੀਆਨਾ ਤਿਆਰ ਕਰਦੇ ਨੇ, ਤੇ ਕੁਝ ਸਾਲਾਂ ਬਾਅਦ ਸੱਤਾ ਜਦੋਂ ਪਲਟਦੀ ਹੈ ਤਾਂ ਫਿਰ ਸੱਤਾ ਤੇ ਕਾਬਜ਼ ਤੇ ਉਹ ਆਸ਼ੀਆਨਾ ਢਹਿ ਢੇਰੀ ਕਰ ਦਿੰਦੇ ਨੇ, ਹੁਣ ਇਹ ਗਰੀਬਾਂ ਦੇ ਨਾਲ ਅੱਗੇ ਕੀ ਇਨਸਾਫ ਹੋਵੇਗਾ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ, ਕਿਉਂਕਿ ਗੱਲ ਚਾਹੇ ਬਠਿੰਡਾ ਦੀ ਹੋਵੇ ਜਾਂ ਸ਼੍ਰੀ ਮੁਕਤਸਰ ਸਾਹਿਬ ਦੀ, ਪੁੱਡਾ ਦੇ ਪੰਜੇ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ, ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਬਠਿੰਡਾ ਤੋਂ ਇਸ ਕੈਂਥ ਦੀ ਰਿਪੋਰਟ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।